ਪ੍ਰਤਾਪ ਸਿੰਘ ਬਾਜਵਾ ਨੇ ਥੋੜੇ ਦਿਨ ਪਹਿਲਾਂ ਇੱਕ ਸਟੇਟਮੈਂਟ ਦਿੱਤੀ ਵੀ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਉਹ ਮੇਰੇ ਸੰਪਰਕ ਚ ਨੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਵੀ ਤੁਹਾਡਾ ਭਰਾ ਵੀ ਤੁਹਾਡੇ ਸੰਪਰਕ ਚ ਨਹੀਂ ਹੈਗਾ ਫਿਰ ਪ੍ਰਤਾਪ ਸਿੰਘ ਬਾਜਵਾ ਦੀ ਸਟੇਟਮੈਂਟ ਆਂਦੀ ਹੈ ਵੀ ਜਿਹੜੇ ਮੇਰੇ ਸੰਪਰਕ ਚ ਵਿਧਾਇਕ ਆਗੇ ਨੇ ਜੇ ਮੈਂ ਉਹਨਾਂ ਦਾ ਨਾਮ ਲੈ ਦਿੱਤਾ ਤੁਹਾਡੇ ਪੈਸੇ ਥੱਲੋ ਜ਼ਮੀਨ ਨਿਕਲ ਜਾਏਗੀ ਕੀ ਪ੍ਰਤਾਪ ਸਿੰਘ ਬਾਜਵਾ ਦੀ ਗੱਲਾਂ ਚ ਦਮ ਤੁਹਾਨੂੰ ਲੱਗਦਾ ਹੈਗਾ ਦੇਖੋ ਫਿਲਹਾਲ ਤੇ ਆਮ ਆਦੀ ਪਾਰਟੀ ਦੀ ਕੀ ਜ਼ਮੀਨ ਪੈਰਾਥਲੋ ਨਿਕਲੀ ਹੈਗੇ ਕਾਂਗਰਸ ਪਾਰਟੀ ਦੀ ਆਪ ਜ਼ਮੀਨ ਖਿਸਕੀ ਹੋਈ ਆ ਕਾਂਗਰਸ ਪਾਰਟੀ ਨੂੰ ਸੋਚਣਾ ਚਾਹੀਦਾ ਹੈ ਕਿ ਅਸੀਂ ਆਪਣੀ ਜ਼ਮੀਨ ਤਿਆਰ ਕਿਵੇਂ ਕਰਨੀ ਹੈਗੀ ਹੈ ਅਸੀਂ ਉਸ ਜ਼ਮੀਨ ਤੇ ਟਿੱਕੇ ਰਹਿਣਾ ਕਿ ਨਹੀਂ ਨਹੀਂ ਸਾਡੇ ਪੈਰ ਭੁੰਜੇਗੇ ਅਸੀਂ ਉੱਡਦੇ ਫਿਰਦੇ ਆ ਗਿਆ ਹੁਣ ਪ੍ਰੋਬਲਮ ਇਹ ਹੈ ਕਿ ਦੋਨੇ ਪ੍ਰਤਾਪ ਸਿੰਘ ਬਾਜਬਾ ਸਾਹਿਬ ਵੀ ਤੇ ਸੀਐਮ ਸਾਹਿਬ ਵੀ ਅਸਲ ਦੇ ਵਿੱਚ ਦੋਨੇ ਸ਼ਬਦਾਂ ਦੇ ਖਿਡਾਰੀ ਨੇ ਸ਼ਬਦਾਂ ਦੇ ਮਾਇਰ ਨੇ ਜਦੋਂ ਬੋਲਦੇ ਤੇ ਬੜੇ ਫੱਬਦੇ ਨੇ ਜਿੱਜਦੇ ਨੇ ਤੇ ਹੱਡੀ ਉਹ ਕਹਿੰਦੇ ਨੇ ਹੱਸੀ ਐਦਾਂ ਬੰਦਾ ਹਸਾਉਂਦੇ ਵੀ ਬਹੁਤ ਆ ਤੇ ਗੰਭੀਰਤਾ ਵੀ ਹੁੰਦੀ ਹੈ ਸੋਹਿਰਤਾ ਵੀ ਹੁੰਦੀ ਹੈ ਲੇਕਿਨ ਆਪ ਮੇਰੇ ਸਾਡੇ ਕੋਲ 38 ਵਿਧਾਇਕ ਨੇ ਤੇ ਅਸੀਂ ਹੈ ਨਾ ਤੇ ਉਹ ਕਹਿੰਦੇ ਕਿ ਤੁਸੀਂ ਜੇ 38 ਵਿਧਾਇਕ ਨੇ ਦੇ ਨਾਮ ਦੱਸੋ ਤੇ ਕਹਿੰਦੇ ਜੇ ਮੈਂ ਨਾਮ ਦੱਸਦੇ ਤੇ ਤੁਹਾਡੀ ਜਮੀਨ ਪੈਰਾ ਪੈਰਾ ਤੋਂ ਜਮੀਨ ਨਿਕਲ ਜਾਣੀ ਇਹ ਇਦਾਂ ਦੀਆਂ ਪੋਲੀਟੀਕਲ ਸਟੰਡ ਚੱਲਦੇ ਰਹਿੰਦੇ ਆਗੇ ਨੇ 38 ਨੂੰ ਕੀ ਲੋੜ ਵੀ ਤੁਹਾਡੀ 38 ਦੇ ਤੇ 18 ਜੋੜ ਕੇ ਤੁਸੀਂ ਸਰਕਾਰ ਬਣਾ ਲੋਗੇ ਉਹ ਤਾਂ ਵੀ ਨਹੀਂ ਬਣਦੀ ਹੈਗੀ ਫਿਰ ਵੀ 58 ਚਾਹੀਦੇ ਨੇ ਹੁਣ ਸਵਾਲ ਇਹ ਹੈ ਕਿ ਇਸ ਮਸਲੇ ਦੇ ਵਿੱਚ ਪ੍ਰੋਬਲਮ ਇਹ ਆ ਗਿਆ ਕਿ ਇਹ ਪੋਲੀਟੀਕਲ ਸਟੰਟ ਆ ਹੁਣ ਇੱਕ ਇਹਨਾਂ ਨੇ ਹੁਣਾ ਸਮਝੌਤਾ ਇਹ ਹੁਣ ਲੜਾਈ ਲੜ ਰਹੇ ਨੇ ਕਾਂਗਰਸ ਪਾਰਟੀ ਇਸ ਕਰਕੇ ਚੀਕਾ ਮਾਰੀ ਆ ਕਿ ਅਹੀਂ ਸਮਝੌਤਾ ਨਹੀਂ ਕਰਨਾ ਇਹ ਹੁਣ ਹੋ ਰੀਆਂ ਡੀਲਾਂ ਉਹ ਕਹਿਣਗੇ ਅਸੀਂ ਤੁਹਾਨੂੰ ਦੋ ਦੇਣੀ ਆ ਕਿਉਂਕਿ 18 ਐਮਐਲਏ ਨੇ ਤੇ 18 ਦੇ ਨਾਲ ਤੁਹਾਨੂੰ ਦੋ ਆ ਇਹ ਕਹਿਣਗੇ 5 2 ਸਾਨੂੰ 7 ਇਹ 바ਰਗਨ ਗਾਲੀਆਂ ਗੱਲਾਂ ਹੋ ਰਹੀਆਂ ਕਾਂਗਰਸ ਪਾਰਟੀ ਨੂੰ ਪਤਾ ਕਿ ਪ੍ਰਿੰਸੀਪਲ ਤੌਰ ਤੇ ਸਮਝੌਤਾ ਹੋ ਚੁੱਕਾ ਆਮ ਆਦਮੀ ਪਾਰਟੀ ਦੇ ਨਾਲ ਉਹਦੇ ਬਲੀ ਦਾ ਬੱਕਰਾ ਦੇਣਾ ਸੀ ਸੁਪਾਲ ਸਿੰਘ ਖਹਿਰਾ ਨਾਲ ਮਿਲ ਕੇ ਬਲੀ ਦਾ ਬੱਕਰਾ ਬਣਾ ਦਿੱਤਾ ਹੈ ਜਿਵੇਂ ਭਾਜਪਾ ਕਹ ਰਿਹਾ ਜਬ ਭਾਜਪਾ ਇੱਕ ਪੈਨੀਟ੍ਰੇਸ਼ਨ ਕਾਂਤੇ ਲੱਗੀ ਹੈ ਕਿ ਸੁਪਾਲ ਸਿੰਘ ਖਹਿਰਾ ਬਾਰੇ ਇਦਾਂ ਦਾ ਇੱਕ ਤੀਰ ਛੱੜਤਾ ਜਾਖੜ ਸਾਹਿਬ ਨੇ ਉਹ ਤੀਰ ਹਲੇ ਸਾਰੇ ਪਾਸੇ ਘੁੰਮ ਰਿਹਾ ਹੈਗਾ ਕਿ ਕਾਂਗਰਸ ਥੋੜੀ ਹੋਰ ਟੁੱਟਰੀ ਕਾਂਗਰਸ ਨਾਲ ਟੁੱਟ ਕੇ ਸਾਡੇ ਚ ਬੰਦੇ ਆ ਜਾਣ ਪਰ ਇਹ ਜਿਹੜਾ ਸਵਾਲ ਹੈ ਕਿ ਉਹਨਾਂ ਦਾ ਵੀ ਸੀਐਮ ਸਾਹਿਬ ਦਾ ਵੀ ਜਵਾਬ ਤਗੜਾ ਸੀ ਇਸ ਮਸਲੇ 'ਚ ਕਿ ਜਿਹੜੇ ਤੇ ਤੁਹਾਡੇ ਆਪਣੇ ਹੀ ਉਹਨਾਂ ਨੂੰ ਤੇ ਤੁਸੀਂ ਸਾਂਭ ਨਹੀਂ ਸਕੇ ਤੇ ਸਾਡੇ ਤੁਸੀਂ ਕਿੱਥੋਂ ਤੋੜ ਲਗੇ ਕਿਹੜਾ ਐਮਐਲਏ ਆ ਇੱਥੇ ਦੇ ਸਰਪੰਚ ਨਹੀਂ ਟੁੱਟ ਕੇ ਆਂਦਾ ਉਹ ਕਹਿੰਦਾ ਕਿ ਸਰਕਾਰ 5 ਸਾਲ ਆਨੰਦਮਣਗੇ ਤੇ ਇਹ ਦੂਜਾ 38 ਕਿਵੇਂ ਤੋੜ ਲੋਗੇ ਨਾ ਇਹ ਤੁਹਾਡੇ ਕੋ ਮੋਦੀ ਸ਼ਾਹ ਤੇ ਮੋਦੀ ਅਮੀਸ਼ਾਹ ਵਾਲਾ ਜਾਦੂ ਨਹੀਂ ਹੈਗਾ ਕਿ ਉਹ Madhya Pradesh ਵੀ ਸਰਕਾਰ ਤੋੜ ਦਿੰਦੇ ਨੇ ਉਹ Maharashtra ਚ ਵੀ ਸਰਕਾਰ ਤੋੜ ਦਿੰਦੇ ਨੇ ਉਹ Goa ਚ ਵੀ ਸਰਕਾਰ ਤੋੜ ਦਿੰਦੇ ਨੇ ਤੁਹਾਡਾ ਹਲੇ ਉਹਨਾਂ ਸਿਆਸੀ ਵਜੂਦ ਨਹੀਂ ਹੈ ਤੁਹਾਡੀ ਤੇ ਪੂਰੇ India ਦੇ ਵਿੱਚ ਤੁਹਾਡੀ ਪਾਰਟੀ ਤੇ ਖਤਮ ਪਈ ਆ ਤੁਹਾਨੂੰ ਦਿੱਲੀ ਵੀ ਕੋਈ ਪੁੱਛਦਾ ਤੁਹਾਨੂੰ UP ਚ ਨਹੀਂ ਕੋਈ ਪੁੱਛਦਾ ਤੁਹਾਨੂੰ Bihar ਚ ਨਹੀਂ ਕੋਈ ਪੁੱਛਦਾ ਹੈਗਾ ਤਾਨੂੰ ਉੜੀਸਾ ਤੁਹਾਡੇ ਚ ਨਹੀਂ ਹੈਗਾ ਛਤੀਸਗੜ ਤੁਸੀਂ ਹਿੱਲੇ ਫਿਰਦੇ ਹੋ ਕੀਰ ਰਾਜ ਤੁਹਾਨੂੰ ਕੋਈ ਨਹੀਂ ਪੁੱਛਦਾ ਬੰਗਾਲ ਚ ਤੁਹਾਨੂੰ ਕੁਝ ਨਹੀਂ ਪੁੱਛਦਾ ਮਹਾਰਾਸ਼ਟਰ ਤੁਹਾਨੂੰ ਨਹੀਂ ਕੋਈ ਪੁੱਛਦਾ ਗਿਆ ਤੇ ਪੰਜਾਬ ਦੇ ਵਿੱਚ ਤੁਹਾਡੇ ਕੋਲ 18 ਸੀਟਾਂ ਆ ਗਈਆਂ ਨੇ ਇਹਦਾ ਮਤਲਬ ਤੁਸੀਂ 38 ਤੋੜ ਕੇ ਸਰਕਾਰ ਬੁਲਾ ਲੋਗੇ ਉਹ ਜਿਹੜਾ ਕ੍ਰਿਸ਼ਮਾ ਨਾ ਉਹ ਅਮੀਸ਼ਾ ਤੇ ਮੋਦੀ ਸਾਹਿਬ ਵੀ ਕਰ ਸਕਦੇ ਨੇ ਪਰ ਉਹ ਸਭ ਤੋਂ ਵੱਡੀ ਗੱਲ ਉਹ ਜਿਹੜਾ ਨੇ ਸਵਾਲ ਖੜਾ ਕੀਤਾ ਮੁੱਖ ਮੰਤਰੀ ਸਾਹਿਬ ਨੇ ਕਿ ਬਾਕੀ ਦੇ ਛੱਡੋ ਤੁਸੀਂ ਤੁਹਾਡਾ ਤੇ ਆਪਣਾ ਘਰ ਹੀ ਇਸ ਮਸਲੇ ਦੇ ਵਿੱਚ ਟੁੱਟ ਗਿਆ ਉਦੇ ਆਪ ਕਹਿੰਦੇ ਕਿ ਇੱਕ ਪਾਸੇ ਲੱਗਾ ਕਮਲ ਦਾ ਝੰਡਾ ਫੁੱਲ ਇੱਕ ਪਾਸੇ ਲੱਗਾ ਕਾਂਗਰਸ ਦਾ ਝੰਡਾ ਤੋ ਕਹਿੰਦੇ ਕਿ ਜੇ ਪੰਜ ਪੌੜੇ ਉੱਪਰ ਚੜਜੋ ਪੌੜੀਆਂ ਤੇ ਪਤਾ ਬੰਦਾ ਪ੍ਰਤਾਪ ਸਿੰਘ ਬਾਜਵਾ ਬੀਜੇਪੀ ਚ ਸ਼ਾਮਲ ਹੋ ਗਿਆ ਅਸਲ ਚ ਜਦੋਂ ਉਹ ਜਦੋਂ ਮੁੱਖ ਮੰਤਰੀ ਸਾਹਿਬ ਇਹਨਾਂ ਨੂੰ ਪ੍ਰਤਾਪ ਸਿੰਘ ਬਾਜਵਾ ਦੀ ਜਗ੍ਹਾ ਪ੍ਰਤਾਪ ਸਿੰਘ ਭਾਜਪਾ ਬੋਲਦੇ ਨਾ ਉਦੋਂ ਫਿਰ ਬਾਜਵਾ ਸਾਹਿਬ ਹੁੰਦਾ ਕਿ ਇਸ ਮਸਲੇ ਦੇ ਵਿੱਚ ਹੁਣ ਮੈਂ ਵੀ ਪਲਟਵਾਰ ਕਰ ਪਰ ਇੱਕ ਪੋਲੀਟੀਕਲ ਸਟੰਟ ਆ 5 ਸਾਲ ਆਮ ਆਦੀ ਪਾਰਟੀ ਦੀ ਸਰਕਾਰ ਰਹਿਣੀ ਆ ਪੰਜ ਸਾਲ ਹੀ ਮੁੱਖ ਮੰਤਰੀ ਭਗਵੰਤ ਮਾਨ ਰਹਿਣਾ ਹੈਗਾ ਨਾ ਮੁੱਖ ਮੰਤਰੀ ਭਗਵੰਤ ਮਾਨ ਨੂੰ ਇੱਥੋਂ ਕੋਈ ਹਲਾ ਸਕਦਾ ਤੇ ਨਾ ਹੀ 38 ਐਮਐਲਏ ਉਹਨਾਂ ਦੇ ਕੋਈ ਤੋੜ ਸਕਦਾ ਬੀਜੇਪੀ ਕੋ ਵੀ ਇਨੀ ਸ਼ਕਤੀ ਨਹੀਂ ਹੈਗੀ ਕਿ ਪੰਜਾਬ ਚ ਆ ਕੇ 38 ਵਿਧਾਇਕ ਤੋੜ ਦੇਣ ਉਹ ਤੇ ਉਧਰ ਦੇ ਲੋਕਾਂ ਦਾ ਸਟੱਫ ਹੋਊਗਾ ਪੰਜਾਬੀ ਇਸ ਮਸਲੇ ਦੇ ਵਿੱਚ ਜਿੱਦਣ ਕਾਂਗਰਸ ਪਾਰਟੀ ਨੇ ਇਹ ਕੋਸ਼ਿਸ਼ ਕੀਤੀ ਜਾਂ বিজেপি ਨੇ ਕੋਸ਼ਿਸ਼ ਕੀਤੀ ਹੈ ਕਿ ਉਦੋਂ ਪੰਜਾਬੀਆਂ ਨੇ ਫਿਰ ਖੜੇ ਹੋਣਾ ਕਿ ਨਹੀਂ ਭਗਵੰਤ ਮਾਨ ਦੇ ਨਾਲ ਧੱਕਾ ਕੀਤਾ ਹੈਗਾ ਹਾਲਾਂਕਿ 18 ਮਹੀਨਿਆਂ ਦੇ ਵਿੱਚ ਆਮ ਆਦੀ ਪਾਰਟੀ ਦਾ ਜਿਹੜਾ ਗ੍ਰਾਫ ਡਾਊਨ ਆਇਆ ਲੇਕਿਨ ਪੰਜਾਬੀ ਜਿਹੜਾ ਨਾ ਉਹ ਧੱਕਾ ਨਹੀਂ ਚੱਲਦੇ ਹੈਗੇ ਜਿੱਦਣ বিজেপি ਨੇ ਜਾਂ ਕਾਂਗਰਸ ਨੇ ਸ਼ਰਾਰਤ ਕੀਤੀ ਜਾਂ ਜਿਵੇਂ ਕਹਰੇ ਕਿ ਅਸੀਂ 38 ਸਾਡੇ ਸੰਪਰਕ ਦੇ ਵਿੱਚ ਆ ਤੇ ਉਦੋਂ ਕਹਿਣਾ ਕਿ ਨਹੀਂ ਕਾਂਗਰਸ ਨੇ ਵੀ ਜ਼ੁਲਮ ਕੀਤਾ বিজেপি ਨੇ ਵੀ ਜ਼ੁਲਮ ਕੀਤਾ ਇਹ ਇਹ ਕੁਛ ਨਹੀਂ ਹੈ ਇਹ ਪੋਲੀਟੀਕਲ ਸਟੰਟ ਆ ਕੈਪਟਨ ਉਹਦੇ सीएम साहब ਦੇ ਵੀ ਸਟੰਟ ਉਹਨਾਂ ਦਾ ਸਟੰਟ ਦੇ ਜਵਾਬ ਆ ਤੇ ਬਾਦਬਾ ਸਾਹਿਬ ਦੇ ਇਸ ਤੋਂ ਇਲਾਵਾ ਕੁਝ ਨਹੀਂ ਆ 92 ਜਿਹੜੇ ਐਮਐਲਏ ਨੇ ਉਹ ਆਮ ਆਦੀ ਪਾਰਟੀ ਦੇ ਹੀ ਰਹਿਣਗੇ ਤੇ ਮੁੱਖ ਮੰਤਰੀ ਬਾਰੇ ਲੋਕੀ ਜੋ ਗੱਲਾਂ ਕਰੀ ਹੈ ਕਿ ਜੀ ਇਹ ਲੋਕ ਸਭਾ ਤੋਂ ਬਾਅਦ ਹਟਾ ਦੇਣਗੇ ਜੀ ਉਹ ਉੱਥੋਂ ਆ ਜਾਊਗਾ ਉੱਥੋਂ ਆ ਜਾਊਗਾ ਜੀ ਥੋੜੇ ਦਿਨ ਰਹਿ ਗਏ ਅਗਲੀਆਂ ਵੋਟਾਂ ਤੱਕ ਤੇ ਭਗਵੰਤ ਮਾਨ ਹੀ ਪੰਜਾਬ ਦੇ ਸੀਮ ਰਹਿਣਗੇ ਜਿੰਨਾ ਮਰਜ਼ੀ ਕੋਈ ਜ਼ੋਰ ਲਾ ਲੇ